बजे मैं हाडे सारे परिवारिक मैंबर रोटी खा रहे गए, अचानक पिछों ना इन्नी तेज गड्डी आई तो जकदम ही सीधी ट्रैक कर गई। दिल दहला देने वाली यह घटना मानसर हाजीपुर मुख मार्ग उत्ते पैंदे पिंड खूंडा दी है, जिथे उस वेले मातम छा गया जदों सड़क कंडे बने हुए एक घर दी रसोई पाड़ के बेकाबू हुए ट्रक ने रसोई विच खाना खा रहे चार मैंबरां नूं अपनी लपेट विच लै लिया। जानकारी देंदे हुए जख्मी महिला परमजीत कौर ने दस्या कि वह अपने पेके घर आई हुई सी अते शाम दे 7 बजे तकरीबन वह अपनी माता भरा अते भाभी नाल रसोई विच खाना खा रही सी। थोड़ी ही देर बाद एक जोरदार खड़ाका होया अते ट्रक दीवार पाड़ के उन्हां दे उपर चढ़ गया। नाल ही उसने दस्या कि शोर की आवाज़ सुन के पिंड दे लोकां ने उन्हां नूं बाहर कढ़िया अते बाद विच मुकेरियां दे हस्पताल विच भर्ती करवाया गया, जिथे उसकी माता सरवण कौर की मौके ते ही मौत हो गई, पर वरिंदर कुमार नूं गंभीर सट्टां लगियां होण करके जलंधर दे हस्पताल विच रैफर कर दिता गया है। ਬੇਟਾ ਕੀ ਨਾਮ ਹੈ ਜੀ ਆਪਣਾ? ਕਾਜਲ। ਕੀ ਹੋਇਆ ਸੀਗਾ ਰਾਤ? ਸ਼ਾਮ 7:30 ਵਜੇ ਮੈਂ ਸਾਡੇ ਸਾਰੇ ਪਰਿਵਾਰਿਕ ਮੈਂਬਰ ਰੋਟੀ ਖਾ ਰਹੇ ਸੀਗੇ, ਆਹੀ ਮਿਲ ਗਏ ਬੱਚਿਆਂ ਨੇ ਸਾਰਿਆਂ ਨੇ ਖਾ ਕੇ ਅੰਦਰ ਚਲੇ ਗਏ ਸੀਗੇ, ਅਤੇ ਫਿਰ ਨਾ ਅਚਾਨਕ ਪਿੱਛੋਂ ਨਾ ਇੰਨੀ ਤੇਜ਼ ਗੱਡੀ ਆਈ ਤਾਂ ਜਕਦਮ ਹੀ ਸਿੱਧੀ ਟਰੈਕ ਕਰ ਗਈ, ਜਿਹਦੇ ਨਾਲ ਸਾਰਿਆਂ ਕੀ ਸਾਰੇ ਕੌਣ ਕੌਣ ਸੀ ਉਸ ਵਕਤ ਰਸੋਈ ਵਿੱਚ? ਮੇਰੀ ਬੀਬੀ, ਮੇਰੇ ਡੈਡੀ, ਮੇਰੀ ਬੂਆ, ਮੇਰੀ ਮੰਮਾ ਅਤੇ ਤੁਸੀਂ? ਅਸੀਂ ਅੰਦਰ ਹੀ ਗਏ। ਅਤੇ ਕੌਣ ਕੌਣ ਜ਼ਖਮੀ ਹੋਏ ਇਹਦੇ ਵਿੱਚ? ਉੱਚ ਮੇਰੀ ਬੂਆ, ਬੀਬੀ, ਡੈਡੀ ਸਾਰੇ ਹੋ ਗਏ ਸੀਗੇ। ਬੀਬੀ ਜੀ ਦੀ ਕੀ ਹੋਇਆ? ਬੀਬੀ ਦੀ ਅਚਾਨਕ ਫਿਰ ਡੈਥ ਹੋ ਗਈ ਸੀਗੀ ਨਾਲ ਹੀ। ਅੱਛਾ ਜੀ। ਅਤੇ ਜਿਹੜੇ ਬੂਆ ਜੀ ਸੀਗੇ? ਉਹਨਾਂ ਦੀ ਵੀ ਗੰਭੀਰ ਸੱਟਾਂ ਲੱਗੀਆਂ ਉਹਨਾਂ ਨੂੰ ਕਾਫੀ। ਮੇਰਾ ਨਾਮ ਹੈ ਸੋਨੂ ਦੇਵ, ਮੈਂ ਇਹਨਾਂ ਦੀ ਵੱਡੀ ਬੇਟੀ ਹਾਂ। ਸੋਨੂ ਦੇਵ ਜੀ ਕੀ ਗੱਲ ਹੋ ਗਈ ਹੈ? ਮੈਂ ਤੇ ਸਰ ਮੈਂ ਘਰ ਸੀ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਦੀਦੀ ਇਦਾਂ ਇਦਾਂ ਗੱਲ ਹੋਈ ਪਈ ਹੈ, ਉਹ ਕਹਿੰਦੇ ਸਾਡੇ ਕੋਲ ਉੱਠਿਆ ਨਹੀਂ ਜਾਂਦਾ ਤਾਂ ਸਾਨੂੰ ਮਤਲਬ ਕਿ ਹੋਸਪਿਟਲ ਐਡਮਿਟ ਕਰਵਾਓ। ਮੈਂ ਕਿਹਾ ਗੱਲ ਕੀ ਹੋਈ ਦੱਸ ਤਾਂ ਸਹੀ। ਕਹਿੰਦੀ ਦੀਦੀ ਸਾਡੇ ਪਰ ਟਰੱਕ ਡਿੱਗ ਗਿਆ ਆ। ਫਿਰ ਮੈਂ ਜਿਸਲੇ ਆਈ ਹਾਂ ਤੇ ਮੈਂ ਇੱਧਰ ਘਰ ਤੇ ਮੈਂ ਨਹੀਂ ਆਈ, ਹਾਜਪੁਰ ਹੀ ਜਿੱਦਾਂ ਹੀ ਮੈਂ ਪੁੱਜੀ ਹੈਗੀ ਤੇ ਹਾਜਪੁਰ ਤੋਂ ਐਂਬੂਲੈਂਸ ਲੈ ਕੇ ਆਉਂਦੇ ਸੀ ਮੇਰੇ ਭਾਜੀ ਸੀਗੇ, ਭਾਬੀ ਸੀਗੇ, ਇਹਨਾਂ ਨੂੰ ਤੇ ਮੈਂ ਅੰਦਰ ਦੇਖਿਆ ਤਾਂ ਠੀਕ ਸੀਗੇ। ਫਿਰ ਮੇਰੇ ਮੰਮੀ ਹੁਣੀ ਵੀ ਸੀਗੇ, ਮੰਮੀ ਹੈ, ਸਿਸਟਰ ਹੈ। ਫਿਰ ਇਹ ਕਹਿੰਦੇ ਕਿ ਮੈਂ ਕਿਹਾ ਗੱਲ ਕੀ ਹੋਈ? ਕਹਿੰਦੇ ਅਸੀਂ ਰੋਟੀ ਖਾਂਦੇ ਪਏ ਸੀਗੇ ਤਾਂ ਪਤਾ ਨਹੀਂ ਅਚਾਨਕ ਹੀ ਟਰੱਕ ਆਇਆ ਤੇ ਸਾਡੇ ਉੱਪਰ ਹੀ ਡਿੱਗ ਗਿਆ। ਕਹਿੰਦੀ ਆ ਕੇ ਕਹਿੰਦੇ ਸਾਨੂੰ ਮਤਲਬ ਕਿ ਬਚਾ ਲਿਆ ਕੇ, ਤਾਂ ਫਿਰ ਮੈਂ ਆਈ ਹਾਂ ਰਾਤ। ਫਿਰ ਮੈਂ ਸਾਰੀ ਰਾਤ ਇਹਨਾਂ ਨਾਲ ਹੋਸਪਿਟਲ ਰਹੀ ਹਾਂ, ਹੁਣੇ ਆਈ ਹਾਂ ਘਰ ਮੈਂ। ਜਿਹੜੇ ਜ਼ਖਮੀ ਹੋਏ ਨੇ ਪਰਿਵਾਰਕ ਮੈਂਬਰ ਕੌਣ ਕੌਣ ਸੀਗਾ? ਤੇ ਇੱਕ ਮੇਰੇ ਬ੍ਰਦਰ ਵੱਡੇ ਭਾਜੀ ਨੇ, ਉਹਨਾਂ ਨੂੰ ਸੱਟ ਲੱਗੀ ਹੈ ਦਿਮਾਗ 'ਚ ਤੇ ਉਹਨਾਂ ਨੂੰ ਜਲੰਧਰ ਰੈਫਰ ਕੀਤਾ, ਤੇ ਮੇਰੀ ਭਰਜਾਈ ਦੇ ਮਤਲਬ ਕਿ ਬਾਹਾਂ 'ਚ ਫ੍ਰੈਕਚਰ ਆਇਆ ਪਿਆ, ਹੱਡੀਆਂ ਟੁੱਟੀਆਂ ਪਈਆਂ ਦੋਨੋਂ ਹੀ, ਤੇ ਮੇਰੀ ਭੈਣ ਪ੍ਰੈਗਨੈਂਟ ਆ ਤੇ ਉਹਨਾਂ ਦਾ ਮਤਲਬ ਕਿ 4th ਮੰਥ ਚੱਲਦਾ ਪਿਆ ਆ। ਤੇ ਮੰਮੀ ਸਾਡੀ ਦੀ ਡੈਥ ਮਤਲਬ ਕਿ ਉੱਥੇ ਹੋ ਗਈ ਹੋਸਪਿਟਲ 7:30 ਦੇ ਵਿੱਚ ਵਿੱਚ। ਸਿਸਟਰ ਠੀਕ ਨੇ ਤੁਹਾਡੇ? ਸਿਸਟਰ ਤੇ ਠੀਕ ਨੇ, ਮਤਲਬ ਕਿ ਹੁਣ ਉਹਨਾਂ ਤੋਂ ਮਤਲਬ ਕਿ ਤੁਰਿਆ ਨਹੀਂ ਜਾ ਰਿਹਾ, ਉਹਨਾਂ ਦੇ ਕਹਿੰਦੇ ਵੀ ਲੱਤਾਂ ਵਾਲੀ ਸਾਈਡ ਨਾਲ ਚੂਲਿਆਂ ਵਗੈਰਾ ਤੇ ਕਹਿੰਦੇ ਜ਼ਿਆਦਾ ਸੱਟਾਂ ਲੱਗੀਆਂ ਪਈਆਂ ਆ। ਡਰਾਈਵਰ ਪਕੜੇ? ਡਰਾਈਵਰ ਪਕੜਾ ਗਿਆ ਸਵੇਰੇ, ਦੱਸਦੇ ਪਏ ਕਹਿੰਦੇ ਕਿ ਉਹਨੂੰ ਮਤਲਬ ਪੁਲਿਸ ਲੈ ਗਈ ਪਈ ਆ। ਕੀ ਮੰਗ ਕਰਦੇ ਹੋ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ? ਪੁਲਿਸ ਪ੍ਰਸ਼ਾਸਨ ਕੋਲ ਤੇ ਇਹੀ ਮੰਗ ਕਰਦੇ ਕਿ ਜੋ ਵੀ ਹੋਇਆ ਚਲੋ ਠੀਕ, ਉਹ ਤੇ ਨਹੀਂ ਹੁੰਦਾ ਪਰ ਤਾਂ ਵੀ ਇਹਨਾਂ ਨੂੰ ਤਾਂ ਥੋੜਾ ਕੋਈ ਕਰਨਾ ਚਾਹੀਦਾ ਹੈ ਨਾ। ਥੋੜੀ ਗੱਡੀਆਂ ਆਉਂਦੀਆਂ ਇੱਥੇ, ਗੱਡੀਆਂ ਆਉਂਦੀਆਂ, ਗੱਡੀਆਂ ਹਰ ਵਾਰੀ ਆਉਂਦੀਆਂ, ਇੰਨੀ ਸਪੀਡ ਹੁੰਦੀ ਹੈ ਕਿ ਇੱਥੇ ਕ੍ਰੈਸ਼ਰ ਵਾਲੇ ਵੀ ਚੱਲਦੇ ਆ, ਸਾਰੇ ਚੱਲਦੇ ਹੈਗੇ ਤੇ ਇਹ ਜਰਾ ਨਹੀਂ ਦੇਖਦੇ ਦੁਖਦੇ। ਸਪੀਡ ਬ੍ਰੇਕਰ ਵੀ ਹੁੰਦੇ ਤਾਂ ਵੀ ਨਹੀਂ ਲਗਾਉਂਦੇ ਕਿਉਂਕਿ ਚਾਰੋਂ ਤਰਫ ਦੇਖੋ ਤੁਸੀਂ, ਦੋਨੋਂ ਚਾਰ ਸਾਈਡ ਤੋਂ ਰਸਤੇ ਪੈਂਦੇ ਆ ਇੱਧਰ, ਪਰ ਇਹ ਤਾਂ ਵੀ ਸਲੋ ਨਹੀਂ ਕਰਦੇ। ਮੈਨੂੰ ਲੱਗਦਾ ਕਿ ਉਹਨੇ ਡਰਿੰਕ ਕੀਤੀ ਹੋਣੀ ਆ। ਪੁਲਿਸ ਵੱਲੋਂ ਨਾਕਾਬੰਦੀ ਨਹੀਂ ਕੀਤੀ ਜਾਂਦੀ? ਪੁਲਿਸ ਵੱਲੋਂ ਨਾਕਾਬੰਦੀ ਤਾਂ ਉਦੋਂ ਹੀ ਕਰਦੇ ਆ ਜਦੋਂ ਕਿਤੇ ਕੋਈ ਜ਼ਿਆਦਾ ਹੀ ਐਮਰਜੈਂਸੀ ਹੋਏ, ਉਦਾਂ ਤਾਂ ਕਦੀ ਨਹੀਂ ਇੱਥੇ ਨਾਕਾ ਲੱਗਿਆ ਦੇਖਿਆ ਸੀ ਜੀ। ਜੇ ਹੋਏਗਾ ਤਾਂ ਵੀ ਨਹੀਂ ਕਰਦੇ। ਜੇ ਪ੍ਰਸ਼ਾਸਨ ਮੌਜੂਦ ਹੁੰਦਾ ਤੇ ਹਾਦਸਾ ਸ਼ਾਇਦ ਨਾ ਵਾਪਰਦਾ? ਨਾ ਉਹ ਹੁੰਦਾ ਤੇ ਉਹ ਤਾਂ ਤੇ ਚਲੋ ਮੇਰੇ ਮੰਮੀ ਥੋੜ੍ਹੀ ਨਾ ਇੱਦਾਂ ਹੋਣਾ ਸੀਗਾ ਫਿਰ ਉਹਨਾਂ ਨੂੰ। ਹੁਣ ਸਾਡੇ ਮੰਮੀ ਘਰ ਦੇ ਇੱਕੋ ਹੀ ਤੇ ਇਹ ਜਿਹੜੇ, ਮੈਂ ਸੋਚਿਆ ਸ਼ਾਇਦ ਸਾਰੇ ਠੀਕ ਹੋਣੇ, ਮੰਮੀ ਵੀ ਠੀਕ ਹੀ ਹੋਣੀ ਹੈਗੇ ਜੀ। ਮੈਂ ਪਰਮਜੀਤ ਕੌਰ, ਪਿੰਡ ਮੇਰਾ ਰੱਕੜੀ। ਮੈਂ ਆਪਣੇ ਪੇਕਿਆਂ ਤੇ ਪੇਕੇ ਘਰ ਆਈ ਹੋਈ ਸੀ, ਸਾਡਾ ਸਾਰਾ ਪਰਿਵਾਰ ਰਲ ਕੇ ਸ਼ਾਮ ਨੂੰ ਰੋਟੀ ਖਾ ਰਿਹਾ ਸੀ ਤੇ ਅਚਾਨਕ ਤੇਜ਼ ਰਫ਼ਤਾਰ ਟਰੱਕ ਸਾਡੇ ਘਰ ਸਾਡੀ ਰਸੋਈ ਵਿੱਚ ਆ ਵੱਜਿਆ, ਜਿਸ ਨਾਲ ਅਸੀਂ ਸਾਰਾ ਪਰਿਵਾਰ ਜ਼ਖਮੀ ਹੋ ਗਿਆ। ਮੈਂ 5 ਮਹੀਨੇ ਤੋਂ ਪ੍ਰੈਗਨੈਂਟ ਹਾਂ, ਜਿਸ ਨਾਲ ਮੈਨੂੰ ਬਹੁਤ ਪ੍ਰੋਬਲਮ ਹੋ ਰਹੀ ਹੈ। ਜੇ ਗੱਲ ਕਰੀ ਤੇ ਕੌਣ ਕੌਣ ਜਿਹੜੇ ਇੰਜਰਡ ਹੋਏ ਆਪਣੇ ਫੈਮਿਲੀ ਦੇ ਵਿੱਚੋਂ? ਇਸ ਵਿੱਚ ਮੇਰਾ ਬ੍ਰਦਰ, ਮੇਰੀ ਭਰਜਾਈ, ਮੇਰੀ ਮਾਤਾ ਜੀ ਦੀ ਡੈਥ ਹੋ ਗਈ। ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਟਰੱਕ ਡਰਾਈਵਰ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਹਾਜ਼ੀਪੁਰ ਪੁਲਿਸ ਦੇ ASI ਅਸ਼ੋਕ ਕੁਮਾਰ ਨੇ ਦੱਸਿਆ ਕਿ ਫਰਾਰ ਹੋਏ ਟਰੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਤੋਂ ਜਲਦ ਉਸ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਇਹ ਕੱਲ੍ਹ ਨਾ ਕਰੀਬ ਕੋਈ 8 ਵਜੇ ਦੀ ਗੱਲ ਹੈਗੀ ਹੈ ਜੀ, ਇਨਫੋਰਮੇਸ਼ਨ ਆਈ ਜਦੋਂ, ਇਹ ਜੰਮੂ ਸਾਈਡ ਦੀ ਗੱਡੀ ਹੈਗੀ ਆ ਅਤੇ ਮਾਨਸਾ ਸਾਈਡ ਤੋਂ ਹਾਜੀਪੁਰ ਆ ਰਿਹਾ ਸੀਗਾ, ਜੋ ਖੁੰਡਾ ਰੋਡ ਆ ਚਰਸਤਾ ਪੁਲ ਦੇ ਕੋਲ ਹੈ, ਰੋਡ ਦੇ ਨਾਲ ਹੀ ਨਜ਼ਦੀਕ ਘਰ ਲੱਗਦਾ ਹੈਗਾ ਸਵਰਨ ਕੌਰ ਦਾ। ਅਤੇ ਸਵਰਨ ਕੌਰ ਸ਼ਾਮ ਦੇ ਮਤਲਬ ਅਕਸਰ ਖਾਣਾ ਖਾ ਰਹੇ ਸੀ, ਬਣਾ ਰਹੇ ਸੀਗੇ, ਇੱਕ ਟਰੱਕ ਜਗਦਮ ਕੰਨ ਪਾੜ ਕੇ ਉਹਨਾਂ ਰਸੋਈ ਦੇ ਐਂਟਰ ਹੋ ਗਿਆ, ਜਿੱਥੇ ਮੌਕੇ 'ਤੇ ਇਹਨਾਂ ਸੱਟਾਂ ਕਾਫੀ ਲੱਗੀਆਂ। ਅਤੇ ਉਸ ਟਾਈਮ ਹੌਸਪਿਟਲ ਸਿਵਲ ਹੌਸਪਿਟਲ ਲੈ ਗਏ ਆ, 3 ਬੰਦੇ ਸਿਵਲ ਹੌਸਪਿਟਲ ਰੈਫਰ ਕਰ ਦਿੱਤਾ ਮੁਕੇਰੀਆਂ ਦਾ, ਅਤੇ ਸਵਰਨ ਕੌਰ ਨੂੰ ਉੱਥੇ ਡੈਥ ਮੌਕੇ ਹਾਂ ਕਾਰਵਾਈ ਕਰ ਰਹੇ ਆਪਾਂ ਜੀ, ਕਦਮ ਦਰਜ ਕਰ ਰਹੇ ਇਹਨਾਂ ਦਾ, ਠੀਕ ਹੈ ਜੀ, ਉਹਨਾਂ ਸਟੇਟਮੈਂਟ 'ਤੇ। ਅਤੇ ਹੁਣ ਉਹ ਅਗਲੇ ਉਹਨਾਂ ਸਵਰਨ ਸਿਵਲ ਹੌਸਪਿਟਲ ਜਾ ਕੇ ਪੋਸਟਮਾਰਟਮ ਕਰਾ ਕੇ ਲਾਸ਼ ਨੂੰ ਵਾਸਾ ਵਾਲੇ ਕਰ ਲਿਆ। ਡਰਾਈਵਰ ਨੂੰ ਅਰੈਸਟ ਕਰ ਲਿਆ ਜੀ? ਡਰਾਈਵਰ ਨੂੰ ਉਸ ਟਾਈਮ ਮੌਕੇ 'ਤੇ ਹਾਲਾਤ ਬਣੇ ਅਤੇ ਮੌਕੇ 'ਤੇ ਅੱਗੇ ਪਿੱਛੇ ਹੋ ਗਿਆ, ਪਰ ਸਾਡੀ ਨਿਗਰ 'ਚ ਆ ਰਿਹਾ, ਪਰ ਕਵਰ ਕਰਨਾ ਅੱਜ ਹੀ ਉਹਨੂੰ ਲੈ ਲੈਣਾ ਪਾ ਕਬਜ਼ੇ, ਠੀਕ ਹੈ ਜੀ। ਬਿਊਰੋ ਰਿਪੋਰਟ ਸਾਂਝਾ ਮੁੱਦਾ।